ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਹਿਰ ਦਾ ਅੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ 14 ਜੂਨ 2022 ਤੇ ਰਾਤ ਦੇ ਕਿਉਂਕਿ ਕਾਲੀ ਕਾਲੀ ਚ ਮੈਂ ਘੜੀ ਨਹੀਂ ਬੰਨੀ ਮੇਰੇ ਵੀਰ ਤੇ ਤੁਸੀਂ ਦੇਖੋ ਖਬਰ ਕੀ ਹੋਏਗੀ 8:04 ਬਹੁਤ ਨਿਹਰਾ ਤੇ ਜਿੱਥੇ ਮੈਂ ਖੜਾ ਉੱਥੇ ਉਜਾੜ ਹੈ ਮੇਰੇ ਖੱਬੇ ਪਾਸੇ ਬਠਿੰਡਾ ਮਾਨਸਾ ਰੋਡ ਇਧਰਲੇ ਪਾਸੇ ਹੈ ਨਾ ਤਾਂ ਇਹ ਗਰੋਥ ਸੈਂਟਰ ਆ ਜਾਂਦਾ ਤੁਹਾਨੂੰ ਪਤਾ ਉਹ 400 ਕਿਲਾ ਤੇ ਉਹ ਹੈ ਨਾ ਇਹ ਸਾਰੀਆਂ ਫੈਕਟਰੀਆਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਦੂਰ ਤੇ ਜੇ ਮੈਂ ਨਿਗਾਹ ਮਾਰਾਂ ਇਧਰਲੇ ਪਾਸੇ ਆ ਲਾਈਨਾਂ ਆ ਜਾਂਦੀਆਂ ਬ੍ਰਦਰ ਇਹ ਲਾਈਨਾਂ ਲਾਈਨਾਂ ਤੇ ਪਰਲੇ ਪਾਸੇ ਸਿਲਵਰ ਸਿਟੀ ਕਲੋਨੀ ਹੈ ਮਾਨਸਾ ਰੋਡ ਤੇ ਜਦੋਂ ਆਪਾਂ ਪੁਲ ਉੱਤਰਦੇ ਆ ਉੱਤਰ ਕੇ ਜਦੋਂ ਅੱਗੇ ਨੂੰ ਆਏ ਤੇ ਮਹਿੰਦਰਾ ਵਾਲੇ ਜਿਹੜੀ ਏਜੰਸੀ ਉਹਦੇ ਨਾਲ ਅੰਦਰ ਵੜ ਕੇ ਥੋੜਾ ਜਾ ਇਹ ਨਹੀਂ ਮੈਂ ਦੱਸਣਾ ਵੀ ਇਹ ਸਾਰਾ ਰਾਹ ਕਿਉਂ ਸਮਝਾ ਰਿਹਾ ਉਹਦੇ ਪਿੱਛੇ ਕਾਰਨ ਹੈ ਇਹ ਮੇਰੇ ਵੀਰ ਕੁਝ ਖੜੇ ਨੇ ਦੇਖੋ ਇਹ ਉਹ ਭਲੇ ਮਨਸ ਉਹ ਭਲੇ ਲੋਗ ਨੇ ਜਿਨ੍ਹਾਂ ਨੂੰ ਕਿਤੇ ਤਾਂ ਇਨਸਾਨ ਇਨਸਾਨ ਦਾ ਵੈਰੀ ਹੋਇਆ ਪਿਆ ਇਹ ਪਸ਼ੂਆਂ ਦੀ ਰਾਖੀ ਦੇ ਲਈ ਇਸ ਵੇਲੇ ਆ ਦੇਖੋ 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 oh my god my god ਬਸ ਮੈਂ ਤੁਹਾਨੂੰ ਇਹੀ ਦਿਖਾਣਾ ਸੀ ਇਹ ਵਛਾ ਜਾਂ ਵਛੀ ਪਈ ਹੈ ਇਹ ਇਹਦੇ ਹਾਲਾਤ ਇੱਕ ਵਾਰੀ ਤੁਸੀਂ ਦਿਖਾਓ ਇਹਦੇ ਪੈਰਾਂ ਤੇ ਦਿਖਾਓ ਤੁਸੀਂ ਸੁਰਿੰਦਰ ਜੀ ਕੀ ਬੁਰਾ ਹਾਲ ਹੈ ਇਹ ਸਾਰਾ ਇੱਕ ਵਾਰੀ ਕਾਈਂਡਲੀ ਦੇਖੋ ਹੁਣ ਤੁਸੀਂ ਇਹ ਵੇਖੋ ਇਹ ਪੈਰਾਂ ਦਾ ਕੀ ਹਾਲ ਹੋ ਗਿਆ ਬੜੀ ਮੁਸ਼ਕਲ ਆ ਦੇਖੋ ਜਖਮ ਹਾਂਜੀ ਇਹ ਜ਼ਖਮ ਹੋ ਗਏ ক্লোਜ਼ ਕਰਕੇ ਦਿਖਾਓ ਜੇ ਇਹਨਾਂ ਨੂੰ ਥੋੜਾ ਜ ਆ ਦੇਖੋਗੇ ਤੁਸੀਂ ਆ ਲੱਤਾਂ ਹੁਣ ਇਹ ਹੈ ਕਿ ਜੋ ਇਸ ਦੇ ਲੱਤਾਂ ਤੇ ਚਿੰਬੜਿਆ ਇਹ ਮੇਰੇ ਵੀਰ ਆਜੋ ਹੁਣ ਮੈਂ ਤੁਹਾਨੂੰ ਦਿਖਾ ਦਿਆਂ ਇੱਥੇ ਥੋੜਾ ਮੇਰੇ ਨੇੜੇ ਆਓ ਬੜਾ ਇੱਥੋਂ ਦੇਖ ਦਿਆਣਾ ক্লোਜ਼ ਕਰਕੇ ਦਿਖਾਣਾ ਮੇਰੇ ਵੀਰ ਇੱਥੋਂ ਇਧਰਲੇ ਪਾਸੇ ਆਜੋ ਤੁਸੀਂ ਪਲੀਜ਼ ਅੰਦਰ ਨਹੀਂ ਜਾਂਦੇ ਜੀ ਇਹ ਆ ਥੋੜਾ ਹਨੇਰਾ ਹੈ ਨਾ ਦੈਟਸ ਵਾਈ ਤੁਹਾਨੂੰ ਹੋ ਸਕਦਾ ਕਲੀਅਰ ਨਾ ਦਿਖੇ ਬਟ ਆ ਤੁਸੀਂ ਇਹ ਦੇਖੋ ਇਹ ਕੀ ਹੈ ਜਿਹੜੀਆਂ ਉਧਰੋਂ ਫੈਕਟਰੀਆਂ ਦਾ ਗੰਦਾ ਪਾਣੀ ਆਂਦਾ ਉਹ ਇੱਥੇ ਐਡਾ ਬੁਰਾ ਹਾਲ ਹੈ ਦੇਖ ਰਹੇ ਹੋ ਇਹ ਛੋਟਾ ਨਹੀਂ ਇਹ ਦੂਰ ਤੱਕ ਦੇਖੋ ਉਹ ਜਿੱਥੋਂ ਤੱਕ ਤੁਹਾਨੂੰ ਉਹ ਪਹਾੜ ਜੇ ਦੇਖਦੇ ਨੇ ਨਾ ਐਕਚੁਅਲ ਦੇ ਵਿੱਚ ਉਹ ਮਿੱਟੀ ਹੈ ਨਾ ਆ ਸਾਰਾ ਇਹ ਸਾਰਾ ਏਰੀਆ ਜਿਹੜਾ ਨਾ ਬ੍ਰਦਰ अच्छा वो वो तो ਤੁਸੀਂ ਦੇਖ ਲਿਆ ਨਾ ਹੁਣ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਣਾ ਜੇ ਲਾਈਟ ਮੇਰੇ ਨੇੜੇ ਲੈ ਕੇ ਆਉਣਾ ਇਹ ਇੱਕ ਕੰਕਾਲ ਹੈ ਜੀ ਕਿਸੇ ਵੀ ਗਾਂ ਦਾ ਦੇਖ ਰਹੇ ਹੋ ਇੱਕ ক্লোਜ਼ ਕਰਕੇ ਇਹਨਾਂ ਨੂੰ ਦਿਖਾ ਦਿਓ ਇਹ ਕਿਸੇ ਗਾਂ ਦਾ ਕੰਕਾਲ ਹੈ ਜਿਹੜੀ ਇਹਦੇ ਵਿੱਚ ਫਸ ਗਏ ਠੀਕ ਤੇ ਤੁਸੀਂ ਇਹ ਦੇਖੋ ਵੀ ਇੱਥੇ ਖੜਨਾ ਵੀ ਕਿੱਡਾ ਮੁਸ਼ਕਲ ਹੈ ਕਿਉਂਕਿ ਇੱਕ ਤਾਂ ਆਹ ਜੋ ਗੰਦਾ ਗੰਦਾ ਪਾਣੀ ਆਂਦਾ ਉੱਤੋਂ ਇੱਥੇ ਪਸ਼ੂ ਇਦੇ ਵਿੱਚ ਫਸ ਫਸ ਕੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਦੂਜਾ ਮੈਨੂੰ ਇਹ ਲੱਗਦਾ ਸ਼ਾਇਦ ਇਹਦੇ ਚ ਸ਼ਾਇਦ ਥੋੜੀ ਸਾਬੰਦੀ ਮੁਸ਼ਕਲ ਜੀ ਆ ਰਹੀ ਹੈ ਸਾਬੰਦਾ ਮਟੀਰੀਅਲ ਵੇਸਟ ਮਟੀਰੀਅਲ ਆ ਜੀ ਹਾਂ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਜਿਹੜੇ ਆਂਡ ਗਵਾਂਡ ਚ ਰਹਿੰਦੇ ਨੇ ਕੀ ਨਾਮ ਸਿੰਘ ਸਾਹਿਬ ਤੁਹਾਡਾ ਅੰਗਰੇਜ਼ ਸਿੰਘ ਜੀ ਐਡਵੋਕੇਟ ਅੰਗਰੇਜ਼ ਸਿੰਘ ਜੀ ਐਡਵੋਕੇਟ ਸਾਹਿਬ ਹਾਲਾਤ ਤੁਹਾਡੇ ਨੇੜੇ ਢੇੜੇ ਢੇੜੇ ਬੱਤਰ ਕਿਉਂ ਨੇ ਹਾਲਾਤ ਇਹ ਜੀ ਇਹਦੇ ਚ ਪਹਿਲਾਂ ਇੱਕ ਵਾਰ ਸ਼ਿਕਾਇਤ ਕੀਤੀ ਸਾਡੇ ਕਲੋਨੀ ਦੇ ਇੱਥੇ ਜਿਹੜੇ ਹੈਗੇ ਲੋਕ ਸੀਗੇ ਉਹਨਾਂ ਨੇ ਕੀਤਾ ਸੀਗਾ ਹੁਣ ਇਸ ਤੋਂ ਬਾਅਦ ਦੁਬਾਰਾ ਉਦੋਂ ਇੱਕ ਵਾਰੀ ਬੰਦ ਕਰਤਾ ਸੀਗਾ ਇਹਨਾਂ ਨੇ ਰਿਕਵੈਸਟ ਵਗੈਰਾ ਕਰਕੇ ਵੀ ਅਸੀਂ ਅੱਗੇ ਤੋਂ ਨਹੀਂ ਸੁਟਾਂਗੇ ਹੁਣ ਦੁਬਾਰਾ ਫੇਰ ਜਿਹੜਾ ਹੈਗਾ ਸਾਨੂੰ 4-5 ਦਿਨਾਂ ਤੋਂ ਜਿਹੜਾ ਬਹੁਤ ਜ਼ਿਆਦਾ ਗੰਦਗੀ ਮਤਲਬ ਸੀ ਸੋਚੀ ਨਹੀਂ ਜਾ ਸਕਦੀ ਕਿ ਕਿੰਨਾ ਗੰਦਕਾ ਮਤਲਬ ਰਹਿਣਾ ਬਹੁਤ ਮੁਸ਼ਕਲ ਸੀ ਅਸੀਂ ਉਦੋਂ ਅਸੀਂ ਇੱਥੇ ਹੁਣ ਗਿੜਾ ਮਾਰਿਆ ਆ ਕੇ ਅਸੀਂ ਜੋ ਅੱਜ ਦੇਖਿਆ ਇੱਥੇ ਤੇ ਹਾਲਾਤ ਕੀ ਸੀ ਤਿੰਨ ਚਾਰ ਗਾਈਆਂ ਜਿਹੜੀਆਂ ਇਹਦੇ ਵਿੱਚ ਮਰੀਆਂ ਪਈਆਂ ਉਹਨਾਂ ਦਾ ਪਿੰਜਰ ਬਣ ਇੱਕ ਜਿਹੜਾ ਹੈਗਾ ਛੋਟਾ ਜਿਹਾ ਮਾਸੂਮ ਬੱਚਾ ਜਿਹੜਾ ਵਿੱਚ ਇਹ ਤੜਫੀ ਜਾਂਦਾ ਸੀ ਸਾਡੀ ਨਿਗਾ ਪਈ ਉਹਨੂੰ ਅਸੀਂ ਐਫਰਟਸ ਕਰਕੇ ਜਿਹੜਾ ਹੈਗਾ ਬੜੀ ਮੁਸ਼ਕਲ ਦੇ ਨਾਲ ਬੜੀ ਮੁਸ਼ਕਲ ਨਾਲ ਜਿਹੜਾ ਹੈਗਾ ਬਾਹਰ ਕੱਢਿਆ ਉਹਦਾ ਟ੍ਰੀਟਮੈਂਟ ਵਾਸਤੇ ਜਿਹੜਾ ਆਇਆ ਸੀ ਡਾਕਟਰ ਵਗੈਰਾ ਜਿਹੜਾ ਹੈਗਾ ਬੁਲਾ ਰਹੇ ਆ ਉਹ ਤੋਂ ਜਿਹੜਾ ਹੈਗਾ ਪੈਰਾਂ ਤੇ ਖੜਾ ਨਹੀਂ ਹੋਇਆ ਜਾ ਰਿਹਾ ਮੈਂ ਇੱਕ ਵਾਰੀ ਫੇਰ ਦਿਖਾ ਦਿਆਂ ਇੱਕ ਵਾਰੀ ਫੇਰ ਦਿਖਾ ਦਿਆਂ ਕਿੱਧਰ ਗਿਆ ਬੱਚਾ ਇੱਥੇ ਸੀਗਾ ਆ ਦੇਖੋ ਤੁਸੀਂ ਇਹ ਦੇਖ ਲਓ ਇਹ ਬੱਚਾ ਜਿਹੜਾ ਇਹਨਾਂ ਨੇ ਇੱਥੋਂ ਕੱਢਿਆ ਤੇ ਉਹਦੇ ਤੁਸੀਂ ਇਹ ਵੇਖ ਲਓ ਵੀ ਉਹ ਕਦੋਂ ਦਾ ਫਸਿਆ ਪਿਆ ਹੁਣ ਆ ਹੋਸਾ ਦਾ 1 ਦਿਨ ਹੋ ਗਿਆ ਹੁਣ 2 ਦਿਨ ਹੋ ਗਏ ਹੁਣ ਕਿੰਨੇ ਦਿਨ ਹੋ ਗਏ ਨੋਬਾਡੀ 노ਸ ਪਰ ਇਹਨਾਂ ਦੀ ਅੱਜ ਨਿਗਾ ਪਈ ਤੇ ਇਹਦੇ ਹਾਲਾਤ ਦੇਖ ਲਓ ਆ ਆ ਲੱਤ ਦੇਖੋ ਮਹਾਰਾਜ ਕਿੰਦਾ ਬੁਰਾ ਹਾਲ ਹੋਇਆ ਪਿਆ ਜਿਹੜਾ ਨੀਚੇ ਵਾਲੇ ਪਾਰ ਤੇ ਸਾਰੇ ਜ਼ਖਮ ਹੋਏ ਹੋਏ ਵੇ ਇਹ ਪਰ ਆ ਦੇਖੋ ਜਿਹੜਾ ਹੈਗਾ ਵੇਸਟ ਮਟੀਰੀਅਲ ਜਿਹੜਾ ਹੈਗਾ ਕਿਉਂਕਿ ਬਹੁਤ ਜਿਆਦਾ ਗਰਮ ਹੁੰਦਾ ਜੀ ਉਹ ਉਹ ਗਰਮ ਹੋਣ ਦੇ ਨਾਲ ਇਹਦੇ ਥੱਲੇ ਜਿਹੜੇ ਥੱਲੇ ਵਾਲੇ 파ਰਟ ਤੇ ਜਿਹੜਾ 파ਰਟ ਥੱਲੇ ਸੀਗਾ ਢਿੱਡ ਵਾਲਾ 파ਰਟ ਜਿਹੜਾ ਸੀ ਉਹਦੇ ਸਾਰੇ ਜ਼ਖਮ ਹੋਇਆ ਤੁਸੀਂ ਦੇਖੋਗੇ ਸਾਰੇ ਜ਼ਖਮ ਆ ਜੀ ਉਹ ਗਲਿਆ ਪਿਆ ਜੀ ਇੱਕ ਹਿਸਾਬ ਜੀ ਬਿਲਕੁਲ ਮੈਂ ਮੈਂ ਉਹੀ ਤੁਹਾਨੂੰ ਦਿਖਾਣਾ ਚਾਹੁੰਦਾ ਤੁਸੀਂ ਇਹ ਦੇਖੋ ਟਰੇਨ ਇੱਥੋਂ ਟੱਪ ਰਹੀ ਹੈ ਪਰ ਫਿਰ ਵੀ ਤੁਸੀਂ ਇਹ ਦੇਖੋ ਵੀ ਇਹਦੇ ਬੱਚੇ ਦੇ ਹਾਲ ਕੀ ਨੇ ਸਾਹ ਮੁੱਕਣ ਤੱਕ ਆਏ ਪਏ ਨੇ ਮੇਰੇ ਵੀਰ ਇਹ ਹਾਲ ਹੈ ਸਾਡੇ ਸ਼ਹਿਰ ਦੇ ਵਿੱਚ ਮੇਰੇ ਸ਼ਹਿਰ ਬਠਿੰਡਾ ਦੇ ਵਿੱਚ ਇਹ ਇਧਰ ਪਾਸੇ ਨੂੰ ਆ ਮੇਰੇ ਪਾਸੇ ਜਿਹੜਾ ਗਰੋਥ ਸੈਂਟਰ ਦੀਆਂ ਫੈਕਟਰੀਆਂ ਨੇ ਮੇਰੇ ਵੀਰ ਜੀ ਸਦਕੇ ਫੈਕਟਰੀਆਂ ਕਰੋ ਮੇਰੇ ਵੀਰ ਪਰ ਪੋਲਿਊਸ਼ਨ ਫੁਲਾਣਾ ਤੁਹਾਡਾ ਕੰਮ ਨਹੀਂ ਆ ਸਾਰਾ ਇੰਨਾ ਜਿਹੜਾ ਥਾਂ ਕਿੰਨਾ ਗੰਦਾ ਪਾਣੀ ਇੱਥੇ ਆਂਦਾ ਇਹ ਹਾਲਾਤ ਨੇ ਮੈਂ ਤਾਂ ਇਸ ਗੱਲ ਤੇ ਇੱਕ ਹੋਰ ਹਨਾਨ ਹੁੰਦਾ ਹੋਊਗਾ ਮੇਰੇ ਵੀਰ ਤੁਸੀਂ ਮੈਨੂੰ ਥੋੜਾ ਚੰਨਣਾ ਪਾਓ ਤੁਹਾਡਾ ਲੋਕਾਂ ਦਾ ਤਾਂ ਫਿਰ ਇੱਥੇ ਜੀਣਾ ਤਾਂ ਬਹੁਤ ਬਹੁਤ ਸਾਰਾ ਜੀਣਾ ਤਾਂ ਬਹੁਤ ਮੁਸ਼ਕਲ ਆ ਸਾਰਾ ਦੇਖੋ ਤੁਸੀਂ ਤੁਸੀਂ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਵਾਰ ਇਹਨਾਂ ਨੂੰ ਬੇਨਤੀ ਕਰ ਚੁੱਕੇ ਹਾਂ ਅਸੀਂ ਆਪ ਦੇ ਤੌਰ ਤੇ ਵੀ ਸਾਡਾ ਮਹੱਲਾਗਾ ਇੱਥੇ ਸਾਨੂੰ ਮੁਸ਼ਕਲ ਆਉਂਦਾ ਤੁਸੀਂ ਇਸ ਤਰ੍ਹਾਂ ਨਾ ਕਰੋ ਉਦੋਂ ਅਸੀਂ ਮਹੱਲੇ ਦੇ ਤੌਰ ਤੇ ਸਾਈਨ ਕਰਵਾ ਕੇ ਡੀਸੀ ਸਾਹਿਬ ਕੋਲੇ ਗਏ ਸੀ ਹਮ ਚਲੋ ਡੀਸੀ ਸਾਹਿਬ ਦੀ ਬਦਲੀ ਹੋਣ ਕਰਕੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹ ਨਹੀਂ ਕਹਿ ਸਕਦੇ ਵੀ ਕੀ ਕਾਰਨ ਹੋਇਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਅਸੀਂ ਇਤੋਂ ਉੱਡ ਕੇ ਬਾਅਦ ਦੇ ਵਿੱਚ ਅਸੀਂ ਨਹੀਂ ਵੇਸਟ ਸਟਾਂਗੇ ਪਰ ਹੁਣ ਕਈ ਦਿਨਾਂ ਤੋਂ ਇਹਦਾ ਮੁਸ਼ਕਮਾ ਆ ਰਿਹਾ ਸੀ ਅੱਜ ਅਸੀਂ ਵੈਸੀ ਇਧਰ ਦੀ ਮਨੋ ਨਿਗਾਹ ਮਾਰਨੇ ਸੀ ਇਸ ਤਰ੍ਹਾਂ ਉਹਨੇ ਵੀ ਦੇਖੋ ਇਧਰ ਨਿੱਕੇ ਨਿੱਕੇ ਬੱਚੇ ਵੀ ਆਉਂਦੇ ਆ ਲੇਬਰ ਵੀ ਇਧਰ ਦੀ ਲੇਬਰ ਦਾ ਵੀ ਬਹੁਤ ਬੁਰਾ ਹਾਲ ਆ ਜੀ ਲੇਬਰ ਵੀ ਜਿਹੜੇ ਅਨਤ ਘਰ ਅੰਦਰ ਬੈਠੇ ਆ ਜੀ ਇੱਥੇ ਤਾਂ ਸਾਨੂੰ ਇਹ ਸੀਗੇ ਵੀ ਅਸੀਂ ਚਲੋ ਗੇੜਾ ਮਾਰ ਗਿਆ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਵੀ ਇੱਥੇ ਤੁਹਾਨੂੰ ਯਾਦ ਹੋਊਗਾ ਥੋੜਾ ਜਿਹਾ ਪਹਿਲਾਂ ਇੱਥੇ ਇੱਕ ਮਨ ਲੋ ਪ੍ਰਵਾਸੀ ਮਜ਼ਦੂਰ ਨੇ ਛੋਟੀ ਜਿਹੀ ਬੱਚੀ ਦੇ ਨਾਲ ਮਨੋ ਕੇ ਚੱਲ ਵਿਪਤੀ ਕੀਤੀ ਸੀ ਉਹਦੀ ਉਹਦੇ ਕਾਰਨ ਸਾਡੇ ਨੂੰ ਸਾਰੇ ਮੱਲੇ ਵਾਲਿਆਂ ਨੂੰ ਵੀ ਇਹ ਦਾ ਸੀਬੀਏ ਕਰਕੇ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਅੱਜ ਇੱਥੇ ਕੱਲ ਨੂੰ ਹਰ ਘਰ ਇਹ ਅੱਗ ਵੱਟ ਸਕਦਾ ਮਤਲਬ ਤੁਹਾਨੂੰ ਇਹ ਸੀਗਾ ਵੀ ਚਲੋ ਯਾਰ ਅਸੀਂ ਲੋਕ ਸਾਰਾ ਥੋੜਾ ਬਤਾ ਧਿਆਨ ਰੱਖੀਏ ਵੀ ਕੋਈ ਬੰਦਾ ਪਰ ਆ ਕੇ ਜਦੋਂ ਇੱਧਰ ਦੇਖਿਆ ਜਦੋਂ ਆ ਕੇ ਸਾਰੇ ਅਸੀਂ ਇੱਧਰ ਆ ਕੇ ਦੇਖਿਆ ਸੀ ਅਸੀਂ ਤਕਰੀਬਨ ਹੀ ਇੱਥੇ ਆਏ ਇਸ ਤਰ੍ਹਾਂ ਢੇੜਾ ਮਾਰਦੇ ਆ ਵੀ ਕੋਈ ਅਨਸਕਾ ਵੀ ਘਟਨਾ ਨਾ ਹੋਵੇ ਚਲੋ ਇਹਨਾਂ ਨੂੰ ਤਾਂ ਜਿਹੜਾ ਕਰਨਾ ਜੀ ਤਾਂ ਅੱਜ ਅਸੀਂ ਦੇਖਿਆ ਜੀ ਇਹ ਬੱਚਾ ਤੜਫੀ ਜਾਂਦਾ ਸੀਗਾ ਹੂੰ ਇਹ ਅੰਦਰ ਗਾਇਆਂ ਤੁਸੀਂ ਆਪ ਦੇਖ ਰਹੀਆਂ ਜੀ ਤੜ-ਤੜ ਕੇ ਮਰੀ ਜਾਂਦੇ ਹੋਰ ਵੀ ਆਪਾਂ ਥੋੜਾ ਹਨੇਰਾ ਹੋਣ ਕਰਕੇ ਨਹੀਂ ਸਾਇਦ ਤੁਸੀਂ ਦਿਖਾ ਸਕਦੇ ਇਹ ਡੇ ਟਾਈਮ 'ਚ ਵੀ ਮੈਂ ਤੁਹਾਨੂੰ ਦਿਖਾਉਂਗਾ ਮੇਰੇ ਵੀਰ ਇਹ ਯਾਦ ਰੱਖਿਓ ਸਿੰਘ ਸਾਹਿਬ ਕੀ ਨਾਮ ਤੁਹਾਡਾ ਮੇਰਾ ਦਵਿੰਦਰ ਸਿੰਘ ਆ ਸਰਦਾਰ ਦਵਿੰਦਰ ਸਿੰਘ ਇਹ ਜਿਹੜਾ ਮੈਂ ਦੇਖਿਆ ਹਾਲਾਤ ਚਲੋ ਹੁਣ ਤਾਂ ਹਨੇਰਾ ਪ੍ਰੋਪਰ ਉਹਨਾਂ ਜਿਆਦਾ ਲੋਕਾਂ ਨੂੰ ਨਹੀਂ ਪਤਾ ਲੱਗਿਆ ਹੋਣਾ ਪਰ ਇੱਕਾ ਤੋਂ ਕੁਦਾਂ ਇੰਨਾ ਬੁਰਾ ਹਾਲ ਆ ਇਹ ਤਾਂ ਮੈਨੂੰ ਇੱਥੇ ਲਗਭਗ 10 ਸਾਲ ਹੋ ਗਏ ਰਹਿੰਦੇ ਨੂੰ ਇਹ ਜਿਹੜਾ ਵੇਸਟੇਜ ਮਟੀਰੀਅਲ ਆ ਫੈਕਟਰੀਆਂ ਦਾ ਇਹ ਇੱਥੇ ਸਿੱਟਦੇ ਨੇ ਇੱਕ ਤਾਂ ਸਾਬਣ ਦੀ ਫੈਕਟਰੀ ਹੈ ਇੱਥੇ ਤੇ ਬਾਕੀ ਹੋਰ ਹੈ ਪਾਣੀ ਦੀ ਨਿਕਾਸੀ ਸਾਰਾ ਇੱਥੇ ਆਉਂਦਾ ਹੈ ਤੇ ਇੱਥੋਂ ਇਹ ਦਿੱਕਤ ਹੈ ਇੱਥੇ ਨਾਲ ਆ ਆਪਣਾ ਲੈਨ ਦੇ ਨਾਲ ਆ ਦਿੱਲੀ ਵਾਲੀ ਲੈਨ ਹੈ ਤੇ ਪਰਲੇ ਪਾਸੇ ਨਾ ਸਿਲਵਰ ਸਿਟੀ ਹੈ ਯੈਸ ਉੱਥੇ ਕੀ ਹੈ ਜਦੋਂ ਇਹ ਸਾਬਣ ਦਾ ਜਿਹੜਾ ਵੇਸਟ ਮਟੀਰੀਅਲ ਇੱਥੇ ਸਮੈਲ ਆਉਂਦੀ ਹੈ ਠੀਕ ਹੈ ਕਾਫੀ ਆਉਂਦੀ ਕਾਫੀ ਇੱਥੇ ਲੋਕਾਂ ਨੇ ਇਹਦੇ ਖਿਲਾਫ ਆਵਾਜ਼ ਵੀ ਉਠਾਈ ਵੀ ਪਈ ਆ ਇਹ ਚੀਜ਼ੇ ਨੂੰ ਬੰਦ ਕਰੋ ਫਿਰ ਨੰਬਰ 2 ਤੇ ਜਿਹੜੇ ਇੱਥੇ ਆਵਾਰਾ ਪਸ਼ੂ ਹੈ ਉਹ ਵਿਚਾਰੇ ਆਉਂਦੇ ਨੇ ਇੱਥੇ ਫਸ ਜਾਂਦੇ ਨੇ ਉਹ ਉਹ ਨਿਕਲਦੇ ਤਾਂ ਹੈ ਨਹੀਂ ਕੋਈ ਇਧਰ ਢੇੜਾ ਮਾਰਦਾ ਨਹੀਂ ਤੇ ਉਹ ਇੱਥੇ ਵਿਚਾਰੇ ਮਰ ਜਾਂਦੇ ਨੇ ਤੇ ਉਹਦੇ ਤੁਸੀਂ ਦੇਖਿਆ ਹੋਣਾ ਇੱਥੇ ਜਿਹੜੇ ਪਿੰਜਰ ਪਏ ਸੀ ਜੀ 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 ਮੇਰੀ ਇਹੀ ਮੰਗ ਹੈ ਪ੍ਰਸ਼ਾਸਨ ਨੂੰ ਵੀ ਆਹ ਚੀਜ਼ ਬੰਦ ਹੋਣੀ ਚਾਹੀਦੀ ਹੈ ਤੇ ਧਿਆਨ ਰੱਖਿਆ ਜਾਵੇ ਠੀਕ ਹੈ ਤੇ ਜਿਹੜੇ ਆ ਨਗਰ ਵਾਸੀ ਉਹਨਾਂ ਨੂੰ ਇਦਾਂ ਦੀ ਕੋਈ ਸਮੱਸਿਆ ਨਾਲ ਇੱਕ ਇੱਕ ਪਿੰਜਰ ਤਾਂ ਮੈਂ ਤੁਹਾਨੂੰ ਦਿਖਾਤਾ ਇੱਕ ਬੱਚਾ ਆ ਦਿਖਾਤਾ ਇਹ ਹੈ ਇੱਕ ਪਿੰਜਰ ਉੱਥੇ ਦਿਖਾਇਆ ਹੋਰ ਵੀ ਤੁਸੀਂ ਕਹ ਰਹੇ ਸੀ ਨੇੜੇ ਤੇਰੇ ਕੋਲ ਹੈ ਆਜੋ ਆਪਾਂ ਇੱਕ ਵਾਰੀ ਦਿਖਾ ਦਈਏ ਥੋੜਾ ਜਿਹਾ ਪ੍ਰਸ਼ਾਸਨ ਨੂੰ ਵੀ ਪਤਾ ਲੱਗੇ ਵੀ ਮੇਰੇ ਵੀਰ ਆਜੋ ਜੀ ਲਿਆਓ ਅੱਗੇ ਲਿਆਓ ਕੈਮਰਾ ਤੇ ਇਹ ਆਪਾਂ ਪਿੰਜਰ ਦਿਖਾ ਦਈਏ ਲਾਈਟ ਲੈ ਚਲੋ ਜੀ ਅੱਗੇ ਬੀ ਕਿੰਨਾ ਪੂਰਾ ਹਾਲੇ ਗਰੋਥ ਸੈਂਟਰ ਜਿਹੜਾ ਮਾਨਸਾ ਰੋਡ ਤੇ ਉੱਥੋਂ ਦਾ ਜਿਹੜਾ ਗੰਦਾ ਪਾਣੀ ਆ ਦੇਖੋ ਇੱਧਰ ਵੀ ਆ ਦੇਖੋ ਉਹਨਾਂ ਕੋ ਨਹੀਂ ਨਹੀਂ ਇੱਧਰ ਦਿਖਾ ਰਹੇ ਸਰ ਹਾਂ ਬਿਲਕੁਲ ਆ ਦੇਖੋ ਸਰ ਇੱਥੋਂ ਨਿਮਾਨ ਹੋਣ ਕਰਕੇ ਆ ਗਿਆ ਜੀ ਆ ਦੇਖੋ ਆ ਦੇਖੋ ਸਾਹਮਣੇ ਤੁਹਾਡੇ ਪਿੰਜਰ ਆ ਆ ਇੱਕ ਪਿੰਜਰ ਪਿਆ ਸਰ ਇਹ ਬਿਲਕੁਲ ਸਿੱਧਾ ਗਿਆ ਕਿੰਨਾ ਕਿੰਨੀ ਬੁਰੀ ਹਾਲਤ ਨਾਲ ਤੜਫ ਕੇ ਮਰਿਆ ਹੋਊਗਾ ਇਹ ਜਾਨੀ ਤੇ ਇਹ ਦੇਖੋ ਜੀ ਇਹ ਤੋਂ ਨਿਕਲਿਆ ਨਹੀਂ ਗਿਆ ਜ਼ੋਰ ਲਾਇਆ ਤੇ ਅੰਦਰ ਇਹਨੇ ਜ਼ੋਰ ਬਥੇਰਾ ਲਾਇਆ ਹੋਣਾ ਵਿਚਾਰੇ ਨੇ ਸਿੱਧਾ ਗਿਆ ਜੀ ਉਹ ਦੇਖੋ ਉਹਨਾਂ ਦਾ ਬੈਕ ਵਾਲਾ ਪੈਰ ਹੈ ਜੀ ਉਹ ਅਗਲੇ ਪੈਰ ਹੈ ਜੀ ਜ਼ੋਰ ਮਾਰਿਆ ਹੋਊਗਾ ਪਰ ਨਹੀਂ ਤੜਫ ਤੜਫ ਕੇ ਵਿਚਾਰੇ ਨੇ ਜਾਣ ਦਿੱਤੀ ਹੁਣ ਇਹਦੀ ਸਮੈਲ ਸਾਰੀ ਸਰ ਹੁਣ ਸਾਡੇ ਅਸੀਂ ਕਲੋਨੀ ਚ ਰਹਿੰਦੇ ਇੱਥੇ ਸਾਰੀ ਸਮੈਲ ਇਹਦੀ ਸਾਨੂੰ ਹੀ ਆਉਣੀ ਹੈ ਤੇ ਗੰਦਗੀ ਫੈਲਣ ਦਾ ਡਰ ਹੈ ਬਿਮਾਰੀਆਂ ਫੈਲਣ ਦਾ ਡਰ ਹੈ ਜੀ ਬਿਲਕੁਲ ਦੇਖੋ ਇਹ ਇਹ ਸਾਰਾ ਉਹ ਉੱਥੋਂ ਲੱਗੇ ਸੀ ਆਪਾਂ ਇਹ ਸਾਈਡ ਸਾਈਡ ਤੋਂ ਆਪਾਂ ਅੱਗੇ ਇਹ ਸਾਰਾ ਜਿੰਨਾ ਹੈ ਨਾ ਗੰਦਾ ਪਾਣੀ ਇੱਥੇ ਦੂਰ ਤੱਕ ਇਹ ਅੱਗੇ ਤੱਕ ਜਾਂਦਾ ਹੈ ਮੇਰੇ ਵੀਰ ਇੱਥੋਂ ਉਹ ਸਾਹਮਣੇ ਕਾਰਕ੍ਰਿਲ ਫੈਕਟਰੀ ਹੈ ਜੀ ਹਾਂਜੀ ਤੇ ਇਹ ਇਹ ਤੁਸੀਂ ਦੇਖ ਰਹੇ ਹੋ ਤੁਸੀਂ ਇਹ ਸਾਰਾ ਬੁਰਾ ਹਾਲ ਹੈ ਇਹ ਇੱਧਰ ਵੀ ਜਾਂਦਾ ਜੀ ਸੱਜੇ ਪਾਸੇ ਤੁਸੀਂ ਉੱਥੇ ਦੇਖੋ ਜੀ ਗੱਡੀਆਂ ਨਾਲ ਲਾਇਆ ਜਾਂਦਾ ਜੀ ਮਲਵਾ ਲਾਉਂਦੇ ਇਹ ਮਲਵਾ ਜਿਹੜਾ ਕਹਿ ਰਹੇ ਨੇ ਵੀ ਇੱਥੇ ਲਾਇਆ ਜਾਂਦਾ ਕਿੰਨੇ ਹੁਣ ਤੁਸੀਂ ਇਹ ਦੇਖੋ ਫਿਲਹਾਲ ਇਹ ਉਹ ਪਸ਼ੂ ਨੇ ਜਿਹੜੇ ਕੰਡਿਆਂ ਤੇ ਨੇ ਕੁਝ ਦਿਨ ਪਹਿਲਾਂ ਜਿਹੜੇ ਅਗਾਹ ਫਸ ਗਏ ਹੋਣਗੇ ਅੱਗੇ ਜਾ ਕੇ ਕਿਤੇ ਜਿਹਦਾ ਪਿੰਜਰ ਵਿੱਚ ਹੀ ਗਰਕ ਗਿਆ ਹੋਣਾ ਗਲ ਗਿਆ ਹੋਣਾ ਹਨਾ ਥੈਂਕ ਯੂ ਤੁਹਾਡਾ ਕਿ ਤੁਸੀਂ ਉਹ ਬੱਚਾ ਬਚਾਇਆ ਸਾਰਾ ਮੱਲੇ ਵਾਲਿਆਂ ਦਾ ਮੇਰੇ ਵੀਰ ਤੁਸੀਂ ਐਸ ਵੇਲੇ ਐ ਸਵਾ 8 ਹੋਏ ਤੱਕ ਇੱਥੇ ਖੜੇ ਹੋ ਉਹਦੀ ਰਾਖੀ ਕਰ ਰਹੇ ਹੋ ਤਾਂ ਮੇਰੀ ਬੇਨਤੀ ਇਹ ਹੈ ਵੀ ਸੰਸਾਵਾ ਜਿਹੜੀਆਂ ਇਸ ਕੰਮ ਚ ਅੱਗੇ ਆਉਂਦੀਆਂ ਉਹ ਵੀ ਥੋੜਾ ਇਸ ਗੱਲ ਦਾ ਧਿਆਨ ਦੇਣ ਕਿ ਇਹ ਪਸ਼ੂ ਜਿਹੜੇ ਨੇ ਆਵਾਰਾ ਨਾ ਫਿਰਨ ਤੇ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਇਹ ਚਾਹੀਦਾ ਕਿ ਹੁਣ ਤੁਸੀਂ ਇਹ ਵੇਖੋ ਵੀ ਇਹ ਜਿਹੜਾ ਗੰਦਾ ਪਾਣੀ ਇਹਨੇ ਵੀ ਸ਼ਾਇਦ ਸਾਬਣ ਵਾਲਾ ਪਾਣੀ ਆ ਜਾਂ ਕੈਮੀਕਲ ਬਹੁਤ ਕੁਝ ਹੋਣਗੇ ਨਾ ਤੇ ਉਹ ਸਾਰਾ ਇੱਥੇ ਆਂਦਾ ਤੇ ਇਹ ਪਾਣੀ ਦੀ ਭਾਲ ਦੇ ਵਿੱਚ ਕਿਉਂਕਿ ਗਰਮੀ ਬਹੁਤ ਹੈ ਇੱਥੇ ਆਏ ਤੇ ਆਪਣੀ ਜ਼ਿੰਦਗੀ ਜੜੀ ਆ ਉਹ ਇਹਨਾਂ ਨੇ ਗਵਾ ਲਈ ਕੋਸ਼ਿਸ਼ ਕਰੀਏ ਕਿ ਜ਼ਿੰਦਗੀਆਂ ਦਈਏ ਕਿਸੇ ਨੂੰ ਕਿਸੇ ਦੇ ਸਾਹ ਚ ਸਾਹ ਪਾਈਏ ਸਾਹ ਖਿੱਚਣ ਦੀ ਕੋਸ਼ਿਸ਼ ਨਾ ਕਰੀਏ ਆਪਣੇ ਚੰਦ ਰੁਪਈਆਂ ਦੇ ਲਾਲਚ ਵਾਸਤੇ ਅਸੀਂ ਕਾਤਲ ਨਾ ਬਣੀਏ ਇਹ ਜੋ ਲੋਕ ਬਣੀਏ ਜਿਹੜੇ ਭਾਵੇਂ ਲਾਈਨੋਂ ਪਾਰ ਇਹਨਾਂ ਦਾ ਮਹੱਲਾ ਇੱਧਰ ਆ ਕੇ ਇਸ ਗੱਲ ਦੀ ਘੋਖ ਕੀਤੀ ਵੀ ਯਾਰ ਕੋਈ ਇੱਥੇ ਮੜ ਅੰਸਖਾਂ ਵੀ ਘਟਨਾ ਤਾਂ ਨਹੀਂ ਹੋ ਰਹੀ ਨਹੀਂ ਤਾਂ ਇਹ ਵੀ ਆਪਣੇ ਘਰਾਂ ਚ ਕੁੰਡੇ ਲਾ ਕੇ ਬਹਿ ਸਕਦੇ ਸੀ ਪਰ ਥੈਂਕ ਯੂ ਵਾਂਸ ਅਗੇਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਫਿਰ ਅਰਜੋਈ ਰਿਕੁਐਸਟ ਬੇਨਤੀ ਪ੍ਰਸ਼ਾਸਨ ਨੂੰ ਕਿ ਥੋੜਾ ਜਿਹਾ ਉਹਨਾਂ ਫੈਕਟਰੀਆਂ ਵਾਲਿਆਂ ਨੂੰ ਆਪਾਂ ਕਹਿ ਦਈਏ ਵੀ ਭਰਾ ਆਇਆ ਨਾ ਕਰੋ ਯਾਰ ਥੋੜਾ ਧਿਆਨ ਦਿਖੋ ਲੋਕਾਂ ਦਾ ਤੇ ਮੈਨੂੰ ਦਿਓ ਇਜਾਜ਼ਤ ਸੱਚੇ ਕਾਲ